ਇਹ ਮਨੂ ਸਿਮਰਤੀ ਦੇ ਵਿੱਚ ਲਿਖਿਆ ਗਿਆ। ਅੱਜ ਵੀ ਪੰਜਾਬ ਦੇ ਵਿੱਚ ਤੁਸੀਂ ਧਿਆਨ ਮਾਰ ਕੇ ਵੇਖ ਲਿਓ, ਪੰਜਾਬ ਦੇ 95% ਪਿੰਡਾਂ ਦੇ ਵਿੱਚ SC BC ਲੋਕਾਂ ਦੇ ਘਰ ਪਿੰਡ ਦੀ ਲਹਿੰਦੀ ਵਾਲੇ ਪਾਸੇ ਨੇ। ਇਹਦਾ ਆਹ ਕਾਰਨ ਹੈ, ਤੁਹਾਨੂੰ ਹੁਕਮ ਸੀ ਬਾਹਮਣ ਦਾ ਸਰਦਾਰ ਮਨੂ ਸਿਮਰਤੀ, ਉਹ ਹੁਕਮ ਕਰਦਾ ਸੀ ਕਿ ਇਹਨਾਂ ਦੇ ਘਰ ਜਿੱਥੇ ਸਾਰੇ ਪਿੰਡ ਦਾ ਗੰਦ ਪੈਂਦਾ ਉੱਥੇ ਹੋਣਗੇ। ਹਾਲਾਤ ਐਸੇ ਸੀ 1370 ਤੋਂ ਪਹਿਲਾਂ, ਤੁਹਾਨੂੰ ਸਕੂਲ ਮੰਦਿਰ ਮਸਜਿਦ ਕਿਤੇ ਨਹੀਂ ਸੀ ਬਣਨ ਦਿੱਤਾ ਜਾਂਦਾ, ਤੁਹਾਨੂੰ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਸੀ। ਚੱਜ ਦਾ ਖਾਣਾ, ਚੱਜ ਦਾ ਬਾਣਾ, ਤੁਹਾਨੂੰ ਕੁਛ ਵੀ ਨਹੀਂ ਸੀ ਦਿੱਤਾ ਜਾਂਦਾ। ਮੰਗ ਕੇ ਖਾਣ ਲਈ ਮਜਬੂਰ ਕੀਤਾ ਜਾਂਦਾ ਸੀ। ਗਲਾਂ ਦੇ ਵਿੱਚ ਠੂਠੇ, ਗਲਾਂ ਦੇ ਵਿੱਚ ਟੱਲੀਆਂ, ਪੈਰਾਂ ਪਿੱਛੇ ਮੋੜੀਆਂ, ਇਹ ਸਮਾਜ ਦੇ ਹਾਲਾਤ ਸੀ ਵੀ ਜਿੱਥੋਂ ਦੀ ਲੰਘਣ ਇਹਨਾਂ ਦੇ ਪੈਰ ਵੀ, ਇਹਨਾਂ ਦੀਆਂ ਪੈੜਾਂ ਵੀ ਨਾ ਰਹਿਣ ਧਰਤੀ ਦੇ ਉੱਪਰ, ਪਿੱਛੇ ਮੋੜੀਆਂ, ਇਹ ਠੇਕਣ ਤਾਂ ਗਲ 'ਚ ਬੰਨੇ ਹੋਏ ਠੂਠੇ ਵਿੱਚ ਰੁਕਣ, ਇਹਨਾਂ ਦਾ ਤੁੱਕ ਵੀ ਧਰਤੀ 'ਤੇ ਨਾ ਆਵੇ। ਤੁਸੀਂ ਪਿੰਡ ਦੇ ਜਿਹੜੇ ਆਮ ਕੁਦਰਤੀ ਸਰੋਤ ਸਨ, ਨਦੀਆਂ, ਕੁਦਰਤੀ ਨਾਲੇ, ਕੁਦਰਤੀ ਝਰਨੇ, ਉੱਥੋਂ ਤੁਸੀਂ ਪਾਣੀ ਨਹੀਂ ਸੀ ਪੀ ਸਕਦੇ। ਇਹ ਹਾਲਾਤ ਸੀ ਜਿਵੇਂ ਭਾਈ ਬਲਾਹ ਜੀ ਕਹਿੰਦੇ ਨੇ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਬਿਲਕੁਲ ਇਸੇ ਤਰ੍ਹਾਂ ਕਿਸੇ ਬਾਹਮਣ ਦੀ ਝੂਠੀ ਝੂਠੇ ਸ਼ਰਾਬ ਨਾਲ ਨਹੀਂ, ਇਹ ਝੂਠੀ ਕਹਾਣੀ ਨਾਲ ਨਹੀਂ। ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ, ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਸੰਨ 1370 ਈਸਵੀ ਦੇ ਵਿੱਚ ਮਾਤਾ ਕਲਸ਼ਾਂ ਜੀ ਦੀ ਮੁੱਖ ਨੂੰ ਭਾਗ ਲਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਪਿਤਾ ਸੰਤੋਖ ਸਾਹਿਬ ਜੀ ਦੇ ਘਰ, ਉਹ ਬਨਾਰਸ ਨੰਸੀ ਦੀ ਧਰਤੀ ਦੇ ਉੱਪਰ ਸਤਿਗੁਰੂ ਜੀ ਦਾ ਆਉਣਾ ਹੁੰਦਾ। ਆਉਣਾ ਕਿਵੇਂ ਹੁੰਦਾ? ਤੁਹਾਡੇ ਵਰਗੇ ਲੋਕ, ਸਾਡੇ ਵਰਗੇ ਲੋਕ ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਤੋਂ ਬਿਲਕੁਲ ਵਾਂਝੇ ਕਰ ਦਿੱਤਾ ਗਿਆ, ਬਿਲਕੁਲ ਸੱਖਣੇ ਕਰ ਦਿੱਤਾ ਗਿਆ, ਬਿਲਕੁਲ ਪਸ਼ੂਆਂ ਤੋਂ ਵੀ ਭੈੜਾ ਜੀਵਨ ਦੇ ਦਿੱਤਾ ਗਿਆ, ਉਹਨਾਂ ਲੋਕਾਂ ਨੇ ਅਰਜ ਕੀਤੀ ਰੱਬ ਅੱਗੇ, ਤਰਲਾ ਕੀਤਾ ਰੱਬ ਅੱਗੇ, ਅਰਦਾਸ ਕੀਤੀ, ਜੋਦੜੀ ਕੀਤੀ, ਬੇਨਤੀ ਕੀਤੀ, ਪ੍ਰੇ ਕੀਤੀ ਵੀ ਇਹ ਮਾਲਕ, ਇਹ ਦਾਤਾ, ਇਹ ਪਾਤਸ਼ਾਹ, ਇਹ ਸਾਈਆਂ, ਉਹ ਰੱਬਾ, ਜੇ ਤੂੰ ਕਿਤੇ ਹੈ, ਜੇ ਤੂੰ ਵਾਕਈ ਕਿਤੇ ਹੈ, ਉਹ ਕੋਈ ਤਾਂ ਭੇਜ ਜਿਹੜਾ ਸਾਨੂੰ ਗੜ ਨਾਲ ਆਵੇ ਆਪਣੇ ਸਤਨਾਮ ਸ਼੍ਰੀ, ਉਹ ਕੋਈ ਤੇ ਭੇਜ ਜਿਹੜਾ ਸਾਨੂੰ ਗੜ ਨਾਲ ਆਵੇ, ਕੋਈ ਤੇ ਭੇਜ ਜਿਹੜਾ ਸਾਡੀ ਗੱਲ ਕਰੇ, ਕੋਈ ਤੇ ਭੇਜ ਜਿਹੜਾ ਸਾਡੀ ਬਾਂਹ ਫੜੇ, ਉਹ ਕੋਈ ਤੇ ਭੇਜ ਜਿਹੜਾ ਸਾਡੇ ਹੱਕਾਂ ਦੀ ਗੱਲ ਕਰੇ ਆਪਣੇ ਸਤਨਾਮ ਸ਼੍ਰੀ ਵਾਹਿਗੁਰੂ। ਸੰਨ 1370 ਈਸਵੀ ਦੇ ਵਿੱਚ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਤੁਹਾਡੀਆਂ ਅਰਦਾਸਾਂ ਨਾਲ ਹੋਇਆ, ਤੁਹਾਡੀਆਂ ਅਰਦਾਸਾਂ ਨਾਲ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐ ਮੇਰੇ ਸਮਾਜ ਦੇ ਲੋਕੋ, ਤੁਸੀਂ ਰਾਗੀ ਬੁਲਾਏ, ਢਾਡੀ ਬੁਲਾਏ, ਪ੍ਰਚਾਰਕ ਬੁਲਾਏ, ਕਮਿਸ਼ਨਰ ਬੁਲਾਏ, ਕਮਿਸ਼ਨਰਾਂ ਨੂੰ ਪੈਸੇ ਦੇ ਕੇ ਸੁਣਿਆ ਵੀ, ਸੁਣਿਆ ਕੀ ਵੀ ਤੁਹਾਡੇ ਵਡੂ ਦਾ ਜਨਮ ਸ਼ਰਾਬ ਨਾਲ ਹੋਇਆ, ਹੱਦ ਹੋ ਗਈ, ਤੁਹਾਡੀਆਂ ਰਗਾਂ ਦੇ ਵਿੱਚ, ਤੁਹਾਡੀਆਂ ਨਾੜਾਂ ਦੇ ਵਿੱਚ ਪਾਣੀ ਦੌੜਦਾ ਜਾਂ ਖੰਜਮ ਦੌੜਦਾ? ਮੈਨੂੰ ਤੇ ਸ਼ੱਕ ਹੁੰਦਾ ਵੀ ਕਈ ਵਾਰੀ ਪਾਣੀ ਵੀ ਨੀਰਾ ਠੰਡਾ ਠੰਡਾ ਦੌੜਦਾ, ਜਿਹਦਾ ਉਬਾਲਾ ਮਾਰਨ ਦਾ ਚਾਂਸ ਨਹੀਂ ਹੋਈ, ਕੋਈ ਚਾਂਸ ਨਹੀਂ ਹੈ, ਇਹ ਉਬਾਲਾ ਮਾਰ ਹੀ ਨਹੀਂ ਸਕਦਾ। ਤੁਸੀਂ ਕਿਵੇਂ ਸੁਣ ਲੈਂਦੇ ਹੋ ਯਾਰ, ਕਿਵੇਂ ਸੁਣ ਲੈਂਦੇ ਹੋ ਵੀ ਤੁਹਾਡੇ ਗੁਰੂ ਦਾ ਜਨਮ ਇੱਕ ਸ਼ਰਾਬ ਨਾਲ ਹੋਇਆ ਸੀ? ਤੇ ਮੈਂ ਤੇ ਇਹ ਵੀ ਕਹਿਣ ਤੋਂ ਗੁਰੇਜ ਨਹੀਂ ਕਰਾਂਗਾ, ਜੇ ਤੁਹਾਡੇ ਗੁਰੂ ਦਾ ਜਨਮ ਸ਼ਰਾਬ ਨਾਲ ਹੋਇਆ ਸੀ, ਜਿਹੜੇ ਮਨ ਦੇ ਉਹ ਸੁਣੋ, ਜਿਹੜਾ ਖੁਦ ਹੀ ਸ਼ਰਾਬਿਆ ਹੋਇਆ ਤੁਹਾਡਾ ਕੀ ਸਵਾਰ ਦੋ? ਬੋਲੋ ਬੋਲੋ, ਜਿਹੜਾ ਖੁਦ ਹੀ ਸ਼ਰਾਬਿਆ ਹੋਇਆ ਤੁਹਾਡਾ ਕੀ ਸਵਾਰ ਦੋ ਭਾਈ? ਨਹੀਂ, ਐਸਾ ਨਹੀਂ ਹੈ। ਰਵਿਦਾਸ ਮਹਾਰਾਜ ਜੀ ਨੂੰ ਝੂਠੀ ਕਹਾਣੀ ਦੇ ਨਾਲ ਵੀ ਸ਼ਰਾਬ ਨਾਲ ਜਨਮ ਹੋਇਆ ਸੀ, ਬਾਹਮਣ ਨੇ ਫਿਰ ਆਪਣੀ ਲੱਤ ਦੇ ਥੱਲੋਂ ਦੀ ਕੱਢ ਦਿੱਤਾ ਝੂਠੀ ਕਹਾਣੀ ਦੇ ਨਾਲ। ਯਾਦ ਰੱਖਿਓ, ਮਹਾਰਾਜ ਜੀ ਨੂੰ ਚਮਾਰ ਸ਼ਬਦ ਨਾਮ ਨਾਲ ਕਿਉਂ ਲਾਉਣਾ ਪਿਆ? ਇਸ ਸਵਾਲ ਦਾ ਜਵਾਬ ਵੀ ਸੁਣ ਲਓ। ਜਦੋਂ ਮਹਾਰਾਜ ਜੀ ਦੇ ਰਾਜੇ ਵੀ ਆ ਕੇ ਦਰ ਦੇ ਉੱਪਰ ਝੁਕਣ ਲੱਗੇ,
ਉਹਨਾਂ ਦੇ ਚੇਲੇ ਬਣ ਗਏ, ਉਹਨਾਂ ਦੇ ਸਮਰਥਕ ਬਣ ਗਏ, ਉਹਨਾਂ ਦੀ ਪੂਜਾ ਕਰਨ ਲੱਗ ਗਏ, ਉਹਨਾਂ ਵਿੱਚੋਂ ਰੱਬੀ ਦਰਸ਼ਨ ਹੋ ਗਿਆ ਉਹਨਾਂ ਨੂੰ। ਰਾਣੀਆਂ ਵੀ, ਰਾਜੇ ਵੀ, ਰਾਜਕੁਮਾਰ ਵੀ, ਵੱਡੇ ਵੱਡੇ ਪੰਡਿਤ ਵੀ, ਧੋਤੀਆਂ ਵਾਲੇ, ਬੋਲੀਆਂ ਵਾਲੇ ਸਭ ਧੰਨ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਝੁੱਕ ਗਏ, ਉਹਨਾਂ ਦੇ ਚੇਲੇ ਬਣ ਗਏ। ਉਦੋਂ ਫਿਰ ਉਹ ਗੱਦੀ ਨੂੰ ਖਤਰਾ ਹੋ ਗਿਆ ਭਾਈ, ਜਿਹੜੀ 5000 ਸਾਲ ਤੋਂ ਤੁਹਾਡੇ ਤੇ ਰਾਜ ਕਰ ਰਹੀ ਆ, ਉਸ ਗੱਦੀ ਨੂੰ ਖਤਰਾ ਹੋ ਗਿਆ, ਉਸ ਢਾਂਚੇ ਨੂੰ, ਪੁਜਾਰੀ ਦੇ ਢਾਂਚੇ ਨੂੰ ਖਤਰਾ ਹੋ ਗਿਆ। ਉਸ ਢਾਂਚੇ ਨੇ ਕੀ ਕੀਤਾ, ਫਿਰ ਬਚਾ, ਫਿਰ ਇਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਵੀ ਇਹ ਤਾਂ ਬਾਹਮਣ ਹੈ, ਬਾਹਮਣ ਆ ਨੀਚਾਂ ਨੂੰ ਚੰਗਾ ਜੀਵਨ ਦੇਣ ਲਈ ਆਇਆ, ਬਾਹਮਣ ਹੈ। ਉਹਨਾਂ ਨੇ ਫਿਰ ਇਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਮਹਾਰਾਜ ਕਹਿੰਦੇ ਮੈਂ ਬਾਹਮਣ ਨਹੀਂ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਹੈ ਨਾ। ਮਹਾਰਾਜ ਲਿਖਦੇ ਨੇ ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੁਮੀਤ ਹਮਾਰਾ। ਆਖੋ ਸਦਨਾ ਖਲਾਸ, ਖਲਾਸ ਮੀਨ ਖਾਲਸ, ਖਾਲਸ ਮੀਨ 100% ਪਿਓਰ, ਸ਼ੁੱਧ, 101% ਸ਼ੁੱਧ। ਮਹਾਰਾਜ ਕਹਿੰਦੇ ਮੈਂ 100% ਸ਼ੁੱਧ ਚਮਾਰਾ। ਆਖੋ ਸਦਨਾ ਸ਼੍ਰੀ ਵਾਹਿਗੁਰੂ, ਕਿਉਂਕਿ ਮਹਾਰਾਜ ਕਹਿੰਦੇ ਜੇ ਬਾਹਮਣ ਨੇ ਮੈਨੂੰ ਬਾਹਮਣ ਸਿੱਧ ਕਰ ਦਿੱਤਾ, ਇਹਨਾਂ ਲੋਕਾਂ ਦੇ ਹਿੱਸੇ ਫਿਰ ਕੁਝ ਨਹੀਂ ਆਉਣਾ। ਆਖੋ ਸਤਨਾਮ ਸ਼੍ਰੀ। ਮੰਨ ਲਓ ਮਹਾਰਾਜ ਰਵਿਦਾਸ ਸ਼ਬਦ ਦੇ ਨਾਲ ਚਮਾਰ ਨਾ ਲਾਉਂਦੇ, ਬਾਹਮਣ ਇੰਨਾ ਕੁ ਤੇਜ ਹੈ, ਦੁਸ਼ਮਣ ਇੰਨਾ ਕੁ ਤੇਜ ਹੈ, ਉਹਨੇ ਫਿਰ ਬਾਹਮਣ ਸਿੱਧ ਕਰ ਹੀ ਲੈਣਾ ਸੀ ਰਵਿਦਾਸ ਮਹਾਰਾਜ ਜੀ ਨੇ। ਅੱਜ ਕਿਹਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਬੋਲੋ, ਕਿਹਦੇ ਗੁਣ ਗਾਉਂਦੇ ਬੋਲੋ, ਉਹਨੇ ਫਿਰ ਆਪਣੇ ਖੇਮੇ ਵਿੱਚ ਛੁੱਟ ਲੈਣਾ ਸੀ ਬੋਲੋ। ਆਹ ਝੂਠੀਆਂ ਕਹਾਣੀਆਂ ਸੁਣਾ ਕੇ, ਕਰਾਮਾਤਾਂ ਵਾਲੀਆਂ ਕਹਾਣੀਆਂ ਸੁਣਾ ਕੇ, ਗੁਰਮਤ ਦਾ ਇਤਿਹਾਸ ਵਿਗਾੜ ਕੇ, ਜਦੋਂ ਉਸ ਕਹਾਣੀ ਨੂੰ ਆਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਬੱਟੀ ਦੇ ਉੱਪਰ ਪਰਖਦੇ ਹਾਂ, ਅਤੇ ਬਾਣੀ ਕੁਝ ਹੋਰ ਕਹਿੰਦੀ ਹੈ ਅਤੇ ਉਹ ਕਹਾਣੀ ਕੁਝ ਹੋਰ ਕਹਿੰਦੀ ਹੈ, ਭਾਈ ਕਿਵੇਂ ਸੱਚ ਮੰਨ ਲਈਏ ਬੋਲੋ, ਕਿਵੇਂ ਸੱਚ ਮੰਨ ਲਈਏ, ਕਿਵੇਂ ਕਿਵੇਂ ਸੱਚ ਮੰਨ ਲਈਏ ਕਹਾਣੀ ਬੋਲੋ। ਕਹਿੰਦੇ ਪੱਥਰ ਤਾਰੇ, ਮੰਨ ਲਓ ਗੁਰਬਾਣੀ ਵਿੱਚ ਸ਼ਬਦ ਆਉਂਦਾ ਪਹਨ ਪਾਰ ਉਤਾਰੇ, ਪਹਨ ਮੀਨਜ ਪੱਥਰ, ਪੱਥਰ ਕਾਰ ਉਤਾਰੇ, ਜੇ ਤਾਂ ਸੰਗ ਸਾਗਰ ਨੀਰ ਭਰਿਆ, ਦਿਲ ਦੇ ਔਗਣ ਹਮਾਰੇ, ਦਇਆ ਕਰੋ ਵਿੱਚ ਮਿਹਰ ਉਪਾਰੋ, ਉਪਾਵੋ ਡੁੱਬਦੇ ਪੱਥਰ ਤਾਰੇ। ਇਹ ਅੱਜ ਤੱਕ ਪ੍ਰਚਾਰਿਆ ਗਿਆ ਵੀ ਮਹਾਰਾਜ ਨੇ ਪੱਥਰ ਤਾਰੇ, ਮੈਂ ਵੀ ਤੁਹਾਡੇ ਨਾਲ ਸਹਿਮਤ ਹੋ ਜਾਂਦਾ ਵੀ ਪੱਥਰ ਤਾਰੇ, ਪੱਥਰ ਪਾਣੀ 'ਤੇ ਤਰ ਗਿਆ, ਉਹ ਤੁਹਾਨੂੰ ਕੀ ਲਾਭ ਹੈ। ਆਪਣੇ ਸਤਨਾਮ ਸ਼੍ਰੀ ਵਾਹਿਗੁਰੂ ਬੋਲੋ, ਤੁਹਾਡਾ ਕੀ ਭਲਾ ਹੋ ਗਿਆ, ਕੀ ਪੱਥਰ ਤਰਨਾ ਤੁਹਾਨੂੰ ਮੰਦਿਰ ਵਿੱਚ ਪੜ੍ਹਨ ਦੇ ਦਿੱਤਾ ਗਿਆ, ਕੀ ਪੱਥਰ ਤਰਨਾ ਤੁਹਾਡਾ ਸਕੂਲ ਵਿੱਚ ਜਾਣ ਦਾ ਅਧਿਕਾਰ ਤੁਹਾਨੂੰ ਮਿਲ ਗਿਆ ਬੋਲੋ। ਇੱਕ ਸਾਧ ਮਿਲਿਆ ਸੀ ਜਦੋਂ ਸਿੱਧ ਗੋਸ਼ਟ ਹੋਈ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਸਿੱਧ ਗੋਸ਼ਟ ਦੇ ਦੌਰਾਨ ਇੱਕ ਸਾਧ ਆਇਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲੇ। ਉਦੋਂ ਗੁਰੂ ਸਾਹਿਬ ਦਾ ਲਾੜਾ ਕਾਲਾ, ਜਵਾਨੀ ਜੀ ਦੀ ਉਮਰ ਹੈ, ਉਹ ਪਾਣੀ ਦੇ ਉੱਪਰ ਤੁਰ ਕੇ ਦੂਜੇ ਪਾਸੇ ਚਲਿਆ ਗਿਆ, ਨਦੀ ਦੇ ਤੁਰ ਕੇ ਇੱਧਰ ਆ ਗਿਆ। ਸਿੱਧ ਗੋਸ਼ਟ ਹੋਈ ਹੈ ਜਦੋਂ ਸਿੱਧਾਂ ਨਾਲ, ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਦੇਖ ਇਹ ਬਾਲ, ਇਹ ਬਾਲੇ ਦੇਖ, ਇਹ ਬਾਲਕ ਦੇਖ, ਮੈਂ ਪਾਣੀ ਦੇ ਉੱਪਰ ਤੁਰ ਕੇ ਆਇਆ। ਕਹਿੰਦਾ ਕਿਵੇਂ ਲੱਗੀ ਮੇਰੀ ਸ਼ਕਤੀ? ਮਹਾਰਾਜ ਕਹਿੰਦੇ ਦੋ ਅੰਨਿਆਂ ਦਾ ਕੰਮ ਕੀਤਾ, ਤੇ ਦੋ ਅੰਨਿਆਂ ਦਾ ਉਹ ਅੱਗ ਨਾਲ ਬਗੂਲਾ ਹੋ ਗਿਆ, ਪੂਰਾ ਗੁੱਸੇ ਵਿੱਚ ਵਿਕਾਰ ਨਾਲ ਨਾ ਅੱਗ ਬਗੂਲਾ ਹੋ ਗਿਆ, ਪੂਰਾ ਅੱਖਾਂ ਲਾਲ। ਮਹਾਰਾਜ ਉਹਨੂੰ ਕਹਿੰਦਾ ਹੱਦ ਹੋ ਗਈ, ਮੈਂ ਪਾਣੀ ਦੇ ਇੱਧਰੋਂ ਗਿਆ, ਤੁਰ ਕੇ ਇੱਧਰੋਂ ਉੱਧਰ ਗਿਆ, ਉਹ ਇੱਧਰ ਆ ਗਿਆ। ਕਹਿੰਦਾ ਇਹ ਬਾਲਕ ਤੂੰ ਸਿਰਫ ਦੱਸਦਾ ਵੀ ਦੋ ਅੰਨਿਆਂ ਦਾ ਕੰਮ ਕੀਤਾ। ਮਹਾਰਾਜ ਕਹਿੰਦੇ ਗੱਲ ਸੁਣ, ਜਿਹੜਾ ਨਦੀ ਵਿੱਚ ਬੰਦੇ ਇੱਧਰੋਂ ਬਿਠਾ ਕੇ ਉੱਧਰ ਤਾਰਦਾ, ਇੱਕ ਆਨਾ ਇੱਧਰੋਂ ਉੱਧਰ ਦਾ ਲੈਂਦਾ, ਉੱਧਰੋਂ ਇੱਧਰ ਦਾ ਇੱਕ ਆਨਾ ਲੈਂਦਾ, ਉਹ ਕੀ ਕੀਤਾ ਬੋਲ? ਇੱਧਰੋਂ ਚੱਲ ਕੇ ਉੱਧਰ ਗਿਆ ਅਤੇ ਉੱਧਰੋਂ ਚੱਲ ਕੇ ਇੱਧਰ ਆਇਆ, ਦੋ ਅੰਨਿਆਂ ਦਾ ਕੰਮ ਹੀ ਹੋਇਆ। ਤੇਰੀ ਇਸ ਗੱਲ ਨਾਲ ਸਮਾਜ ਦਾ ਕੀ ਲੈਣਾ ਦੇਣਾ ਬੋਲੋ? ਜੇ ਪੱਥਰੀ ਤਰਦੀ ਹੈ ਉਹ ਤੁਹਾਡਾ ਕੀ ਭਲਾ ਬੋਲੋ? ਤੁਹਾਡਾ ਕੀ ਸਮਰਿਆ ਇਹਦੇ ਨਾਲ? ਉਹੀ ਬਾਹਮਣ ਦੀਆਂ ਬਣਾਈਆਂ 5000 ਸਾਲ ਪੁਰਾਣੀਆਂ ਕਹਾਣੀਆਂ ਤੁਹਾਨੂੰ ਵੀ ਚੰਗੀਆਂ ਲੱਗਦੀਆਂ ਨੇ, ਤੁਹਾਨੂੰ ਵੀ ਚੰਗੀਆਂ ਲੱਗਦੀਆਂ ਨੇ, ਤੁਹਾਨੂੰ ਵੀ ਚੰਗੀਆਂ ਲੱਗਦੀਆਂ, ਤੁਸੀਂ ਵੀ ਸਵਾਦ ਲੈ ਲੈ ਸਕਦੇ ਹੋ।
ਤੁਹਾਡਾ ਟੇਸਟ ਹੀ ਉਹੀ ਹੈ, ਤੁਸੀਂ ਟੇਸਟ ਗੁਰਮਤ ਵਾਲਾ ਹਾਲੇ ਪਾਇਆ ਹੀ ਨਹੀਂ। ਆਹ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੱਕ ਕੇ ਹਲੇ ਵੇਖੇ ਨਹੀਂ ਵੀ ਇਹਦੇ ਵਿੱਚ ਕੀ ਲਿਖਿਆ, ਔਰ ਜਿਸ ਦਿਨ ਤੁਸੀਂ ਵੇਖ ਲਿਆ ਨਾ ਵੀ ਇਹਦੇ ਵਿੱਚ ਕੀ ਲਿਖਿਆ, ਉਸ ਦਿਨ ਫਿਰ ਤੁਹਾਨੂੰ ਆਪਣੇ ਆਪ ਤੁਹਾਡਾ ਉੱਪਰ ਇਗਨੋਰ ਕਰਨ ਲੱਗ ਜਾਏਗਾ, ਇਹਨਾਂ ਗੱਲਾਂ ਨੂੰ ਇਗਨੋਰ ਕਰਨ ਲੱਗ ਜਾਏਗਾ। ਉਹਦੇ ਤੁਹਾਨੂੰ ਪਤਾ, ਜਿਵੇਂ ਇੱਕ ਪੜ੍ਹੇ ਲਿਖੇ ਬੰਦੇ ਨੂੰ ਪਤਾ ਹੁੰਦਾ, ਉਹ ਮੂਹਰੋਂ ਬੋਰਡ ਵੇਖ ਕੇ ਪੜ੍ਹ ਲੈਂਦਾ ਵੀ ਇਹ ਬੱਸ ਲੁਧਿਆਣੇ ਤੋਂ ਜਗਰਾਉਂ ਜਾਏਗੀ ਕਿ ਨਹੀਂ ਜਾਏਗੀ, ਉਹਦੇ ਬੋਰਡ ਵੇਖ ਕੇ ਪੜ੍ਹ ਲੈਂਦਾ। ਦੂਜਿਆਂ ਨੂੰ ਵਿਚਾਰਿਆਂ ਨੂੰ ਪੁੱਛਣਾ ਪੈਂਦਾ ਜਿਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਬਿਲਕੁਲ ਨਾ। ਇੱਕ ਪੜ੍ਹਿਆ ਲਿਖਿਆ ਬੰਦਾ ਮੈਡੀਸਨ ਲੈਣ ਤੋਂ ਪਹਿਲਾਂ ਐਕਸਪਾਇਰੀ ਡੇਟ ਚੈੱਕ ਕਰਦਾ, ਜਿਹੜਾ ਅਨਪੜ੍ਹਾ ਉਹ ਵਿਚਾਰਾ ਨਹੀਂ ਲੈ ਲੈਂਦਾ, ਹੋ ਸਕਦਾ ਖਾ ਵੀ ਲਵੇ, ਹੋ ਸਕਦਾ ਮਰ ਵੀ ਲਵੇ ਖਾ ਕੇ ਐਕਸਪਾਇਰੀ ਡੇਟ ਵਾਲੀ ਦਵਾਈ। ਪੜ੍ਹਾਈ ਲਿਖਾਈ ਤੁਹਾਨੂੰ ਤੁਹਾਡੇ ਹੱਕਾਂ ਪ੍ਰਤੀ ਜਾਗਰੂਕ ਕਰਦੀ ਹੈ, ਬਿਲਕੁਲ ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੀ ਤੁਹਾਨੂੰ ਤੁਹਾਡੇ ਹੱਕਾਂ ਪ੍ਰਤੀ ਜਾਗਰੂਕ ਕਰਦੀ ਹੈ। ਸੱਚ ਕੀ ਹੈ, ਝੂਠ ਕੀ ਹੈ, ਇਹ ਤੁਹਾਨੂੰ ਪਤਾ ਚੱਲੇ ਕਿ ਤੁਹਾਡਾ ਹੱਕ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕੀ ਪੂਜਣਾ ਕੀ ਨਹੀਂ ਪੂਜਣਾ ਇਹ ਜਾਣਨਾ ਤੁਹਾਡਾ ਹੱਕ ਹੈ, ਕਿੱਥੇ ਮੱਥਾ ਰੱਖਣਾ ਕਿੱਥੇ ਨਹੀਂ ਰੱਖਣਾ ਇਹ ਜਾਣਨਾ ਤੁਹਾਡਾ ਹੱਕ ਹੈ, ਕੀ ਸੱਚ ਹੈ ਕੀ ਝੂਠ ਹੈ, ਕਿਹੜੀ ਭਗਤੀ ਹੈ ਕਿਹੜਾ ਪਖੰਡ ਹੈ ਇਹ ਜਾਣਨਾ ਤੁਹਾਡਾ ਹੱਕ ਹੈ। ਪਰ ਸਾਡੇ ਸਮਾਜ ਦੇ ਹਾਲਾਤ ਅੱਜ ਵੀ ਕੀ ਨਹੀਂ ਨੇ। 4-5 ਦਿਨ ਪਹਿਲਾਂ ਦੀ ਘਟਨਾ ਹੈ, ਉਹ 4-5 ਦਿਨ ਪਹਿਲਾਂ ਦੀ ਰਾਜਸਥਾਨ ਸਾਡੇ ਸਮਾਜ ਦੇ ਦੋ ਨੌਜਵਾਨਾਂ ਨੂੰ ਕੁੱਟਿਆ ਜਾਂਦਾ। ਭੈਣੋ ਸੁਣਿਓ ਗੱਲ ਗੌਰ ਨਾਲ, ਅੱਜ ਵੀ ਕੀ ਹੁੰਦਾ, ਮੈਂ ਤੁਹਾਨੂੰ ਦੱਸ ਰਿਹਾ, ਪੰਜਾਬ ਥੋੜ੍ਹਾ ਜਿਹਾ ਬਚਿਆ ਲੇਕਿਨ ਪੰਜਾਬ ਦੇ ਵਿੱਚ ਵੀ ਇਹ ਘਟਨਾਵਾਂ ਕਿਤੇ ਨਾ ਕਿਤੇ ਵਾਪਰ ਰਹੀਆਂ ਨੇ, ਕਿਤੇ ਨਾ ਕਿਤੇ ਵਾਪਰ ਰਹੀਆਂ ਨੇ। ਅੱਜ ਵੀ